ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੇ ਮੱਦੇਨਜ਼ਰ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਵਿੱਚ ਦੇਸ਼ ਦੇ ਕੋਨੇ ਕੋਨੇ ਤੋਂ ਨਗਰ ਕੀਰਤਨਾਂ ਦੇ ਪਹੁੰਚਣ ਦਾ ਦੌਰ ਸ਼ੁਰੂ ਹੋ ਗਿਆ। ਇਸੇ ਦੇ ਚੱਲਦੇ ਬੀਤੇ ਦਿਨ ਸੁਲਤਾਨਪੁਰ ਲੋਧੀ ਵਿਖੇ 5 ਮਹਾਨ ਨਗਰ ਕੀਰਤਨ ਪਹੁੰਚੇ, ਜਿਨ੍ਹਾਂ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਸਜਾਏ ਗਏ ਇਹਨਾਂ ਨਗਰ ਕੀਰਤਨਾਂ ਦਾ ਸੰਗਤਾਂ ਨੇ ਭਰਵਾਂ ਸਵਾਗਤ ਕੀਤਾ, ਜੋ ਕਿ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪਹੁੰਚ ਕੇ ਸੰਪੰਨ ਹੋਏ। ਸਾਡੇ 500 ਸਾਲਾ ਸ਼ਤਾਬਦੀ ਸਮਾਗਮ ਸੁਲਤਾਨਪੁਰ ਧਰਤੀ 'ਤੇ ਮਨਾਏ ਜਾ ਰਹੇ ਹਨ। ਇਸ ਧਰਤੀ ਦੇ ਉੱਤੇ ਵਿਸ਼ਵ ਤੋਂ ਦੁਨੀਆ ਜਿਹੜੀ ਆ ਇੱਥੇ ਤੁਸੀਂ ਸ਼ੁਰੂ ਹੋ ਗਈ ਆ, ਜਿਵੇਂ ਕਿ ਅੱਜ ਅਬੋਹਰ ਤੋਂ ਚੱਲ ਕੇ ਨਗਰ ਕੀਰਤਨ, ਜਿਹਦੇ ਵਿੱਚ ਬਹੁਤ ਕਾਫੀ ਸੰਗਤਾਂ ਦਾ ਇਕੱਠ ਸੀਗਾ। ਅਬੋਹਰ ਤੋਂ ਚੱਲ ਕੇ ਨਾਮ ਬਾਣੀ ਜਪਦੀਆਂ ਰਸਤੇ ਦੇ ਵਿੱਚ ਸ਼ਹਿਰਾਂ ਥਣੀ ਨਗਰਾਂ ਥਣੀ ਹੁੰਦੇ ਹੋਏ ਅਤੇ ਹੁਣ ਇਸ ਇੱਥੇ ਗੁਰਦੁਆਰਾ ਸੁਲਤਾਨਪੁਰ ਸਾਹਿਬ ਵਿਖੇ ਸਮਾਪਤ ਹੋਏ ਆ। ਸੁਲਤਾਨਪੁਰ ਲੋਧੀ ਤੋਂ ਸਿਮਰਨਜੀਤ ਸਿੰਘ ਦੀ ਰਿਪੋਰਟ।